मार लो जी जमा के मार रे छुड़ा ना मार 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 मुझे मेरी थोड़ी गल नंबर दे ओ मेरा नंबर दे चंगी गल है किसी दी भैन हैगी घरे भैन हैगी ओनू छेड़िया मैनू गल दस तेरी भैन काम करती है कितने आंदी जांदी है परेशान करिए चंगा लगूगा तू की करेगा कल भी एक बंदा फड़िया इत्थों तू की करेगा जे मैं तेरी भैन नूं कुछ करूं तस्वीरां तुसीं देख ही लईआं कि किवें कुड़ी एक मुंडे दे मूंह ते चप्पलां मार रही है। दरअसल इस कुड़ी नूं इन्हां मुंडिआं दे वल्लों रोजाना तंग कीता जांदा सी आंदे जांदे छेड़िया जांदा सी एक वार ते बाहीं फड़ लई बाद दे विच कुड़ी ने विद्रोह अज कीता तां आले दुआले दे लोकां ने उसदा साथ दिंदे होए इन्हां मुंडिआं नूं काबू कर लिया ਅਤੇ ਇੱਕ ਨੂੰ ਆਟੋ ਦੇ ਵਿੱਚ ਬਿਠਾ ਲਿਆ ਇੱਕ ਨੂੰ ਦੂਜੇ ਪਾਸੇ ਬੰਨ ਦਿੱਤਾ। ਬਾਅਦ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਲੋਕਾਂ ਦੇ ਹੌਸਲੇ ਦੇ ਨਾਲ ਜਿਹੜੀ ਕੁੜੀ ਹੈ ਉਸਦਾ ਵੀ ਹੌਸਲਾ ਵੱਧ ਗਿਆ ਅਤੇ ਉਸਨੇ ਆਪਣੀ ਜੁੱਤੀ ਲਾ ਲਈ ਅਤੇ ਇਹਨਾਂ ਆਵਾਰਾ ਮੁੰਡਿਆਂ ਨੂੰ ਸਬਕ ਸਿਖਾ ਦਿੱਤਾ। ਲੋਕਾਂ ਨੇ ਇਹਨਾਂ ਮੁੰਡਿਆਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਘਰ ਦੇ ਵਿੱਚ ਭੈਣਾਂ ਨਹੀਂ ਹਨ, ਜੇ ਹਨ ਤਾਂ ਤੁਸੀਂ ਹੋਰ ਕਿਸੇ ਦੀ ਭੈਣ ਨੂੰ ਕਿਉਂ ਛੇੜਦੇ ਹੋ। ਅਤੇ ਤੁਸੀਂ ਤਸਵੀਰਾਂ ਜਿਹੜੀਆਂ ਦੇਖੀਆਂ ਇਹ ਲੁਧਿਆਣਾ ਦੇ ਕੋਚਰ ਮਾਰਕੀਟ ਦੇ ਨਜ਼ਦੀਕ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇਸ ਕੁੜੀ ਨੂੰ ਤਿੰਨ ਮੁੰਡਿਆਂ ਦੇ ਵੱਲੋਂ ਛੇੜਿਆ ਜਾ ਰਿਹਾ ਸੀ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਦਾ ਕਹਿਣਾ ਇਹ ਸੀ ਕਿ ਪਿਛਲੇ 6-7 ਦਿਨਾਂ ਤੋਂ ਇਸ ਕੁੜੀ ਨੂੰ ਇਹ ਸੇਮ ਮੁੰਡੇ ਪਰੇਸ਼ਾਨ ਕਰ ਰਹੇ ਨੇ ਤਾਂ ਅੱਜ ਕੁੜੀ ਨੇ ਪਰੇਸ਼ਾਨ ਹੋ ਕੇ ਜਦ ਰੌਲਾ ਪਾਇਆ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਇਹਨਾਂ ਮੁੰਡਿਆਂ ਨੂੰ ਕਾਬੂ ਕੀਤਾ ਅਤੇ ਚੰਗਾ ਸਬਕ ਸਿਖਾਇਆ। ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਲੋਕਾਂ ਦਾ ਇਹ ਕਹਿਣਾ ਸੀ ਕਿ ਕਿਸੇ ਦੀ ਵੀ ਮਾਂ ਭੈਣ ਨੂੰ ਜੇਕਰ ਛੇੜਿਆ ਜਾਵੇ ਤਾਂ ਉਹ ਉਸ ਸ਼ਖਸ ਦਾ ਇਹਨਾਂ ਮੁੰਡਿਆਂ ਵਾਂਗ ਹੀ ਹਾਲ ਕਰਨਗੇ। ਤਾਂ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਨੇ ਅਤੇ ਤੁਹਾਡਾ ਇਸ ਉੱਪਰ ਕੀ ਕਹਿਣਾ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ। ਹਾਂਜੀ ਸਰ, ਕੀ ਮੈਟਰ ਹੋਇਆ ਤੁਸੀਂ ਅੱਜ? ਮੈਟਰ ਸਰ, ਕੁੜੀਆਂ ਨੂੰ ਛੇੜਦੇ ਸੀ ਮੁੰਡੇ ਹਫ਼ਤੇ ਤੋਂ ਅਤੇ ਕੱਲ੍ਹ ਕਿਤੇ ਇਹਨਾਂ ਨੇ ਕਿਹਾ ਵੀ ਕੁੜੀ ਨੂੰ ਚੱਕ ਕੇ ਲੈ ਜਾਵਾਂਗੇ ਅਤੇ ਅੱਜ ਅਸੀਂ ਉਹਨਾਂ ਨੂੰ ਫੜ ਲਿਆ, ਫੜ ਕੇ ਹਵਾਲਾਤ 'ਚ ਦਿੱਤਾ ਹੈਗਾ ਅਤੇ ਹੁਣ ਅਗਲੀ ਕਾਰਵਾਈ ਕਾਨੂੰਨ ਕਰੇਗਾ ਉਹਨਾਂ ਨਾਲ। ਕਿੱਥੇ ਦੀ ਘਟਨਾ ਹੈਗੀ? ਇਹ ਇੱਥੋਂ ਜਮਲਾ ਮਾਰਕ ਪਾਰਕ ਤੋਂ ਲੈ ਕੇ ਅਤੇ ਪਿੰਕ ਫਲੈਟਾਂ ਤੱਕ ਦੀ ਰਸਤੇ 'ਚ ਛੇੜਦੇ ਜਾਂਦੇ ਸੀ ਰੋਜ਼। ਕਿੰਨੇ ਮੁੰਡੇ ਸੀ? ਤਿੰਨ ਮੁੰਡੇ, ਦੋ ਭੱਜ ਗਏ ਆ, ਇੱਕ ਫੜਿਆ ਗਿਆ। ਅਤੇ ਹੁਣ ਤੁਸੀਂ ਪੁਲਿਸ ਨੂੰ ਮਿਲੇ, ਕੀ ਕਹਿੰਦੇ? ਉਹ ਕਹਿ ਰਹੇ ਆ, ਕਹਿੰਦੇ ਹੁਣ ਉਹਨਾਂ ਨੂੰ ਬੁਲਾਇਆ, ਉਹਨੇ ਫੋਨ ਕਰਾਇਆ, ਮੁੰਡੇ ਨੇ ਦੱਸਿਆ ਨੰਬਰ ਅਤੇ ਹੁਣ ਉਹਨਾਂ ਨੂੰ ਬੁਲਾਇਆ, ਹੁਣ ਦੇਖੋ ਕਦੋਂ ਦੀ ਕਿੰਨੀ ਕੁ ਦੇਰ ਤੱਕ ਆਉਂਦੇ ਆ ਜੀ। ਠੀਕ ਠੀਕ ਹੈ। ਹਾਂਜੀ, ਡੇਲੀ ਬੱਚੇ ਨੂੰ ਪਰੇਸ਼ਾਨ ਕਰਦੇ ਨੇ ਜੀ, ਕੁੜੀਆਂ ਡਰੀ ਪਈ ਆ ਕਿ ਜੀ ਮੈਂ ਕੰਮ 'ਤੇ ਨਹੀਂ ਜਾਣਾ ਜੇ ਵੋ, ਅਤੇ ਅੱਜ ਜਦੋਂ ਅਸੀਂ ਫੜਨ ਲੱਗੇ ਤਿੰਨ ਜਣੇ ਨੇ, ਦੋ ਜਣੇ ਦਾ ਹੱਥੋਂ ਨਿਕਲ ਗਏ, ਇੱਕ ਜਣਾ ਹੱਥ ਲੱਗਿਆ ਅਤੇ ਉਹਦਾ ਚਲੋ ਉੱਥੇ ਹੱਥ ਲੱਗ ਗਿਆ ਅਤੇ ਹੁਣ ਪੁਲਿਸ ਵਾਲਿਆਂ ਨੂੰ ਦਿੱਤਾ, ਪੁਲਿਸ ਵਾਲੇ ਕਹਿੰਦੇ ਇਹਨਾਂ 'ਤੇ ਕਾਰਵਾਈ ਕਰਦੇ ਆ, ਬਾਕੀਆਂ ਨੂੰ ਵੀ ਬੁਲਾਉਂਦੇ ਆ। ਐਦੀ ਕੁੜੀਆਂ ਨੂੰ ਡੇਲੀ ਪਰੇਸ਼ਾਨ ਕਰਦੇ ਨੇ, ਇਹਦੇ ਕਰਕੇ ਪਤਾ ਨਹੀਂ ਕਿੰਨੇ ਨੇ। ਅਤੇ ਇਹ ਕਦੋਂ ਦੀ ਘਟਨਾ? ਇਹ ਅੱਜ ਸਵੇਰ ਦੀ ਆ, ਕੁੜੀ ਨੂੰ ਪਿਛਲੇ ਇੱਕ ਹਫ਼ਤੇ ਤੋਂ ਪਰੇਸ਼ਾਨ ਕਰ ਰਹੇ ਨੇ। ਕਿੰਨੇ ਜਣੇ ਸੀ? ਤਿੰਨ ਜਣੇ ਨੇ। ਅਤੇ ਬਾਕੀ ਦੋ? ਦੋ ਭੱਜ ਚੁੱਕੇ ਨੇ, ਇੱਕ ਮੁੰਡਾ ਹੱਥ ਲੱਗ ਗਿਆ। ਅਤੇ ਕੀ ਕਹਿੰਦੇ ਹੁਣ ਪੁਲਿਸ ਵਾਲੇ? ਪੁਲਿਸ ਵਾਲੇ ਕਹਿ ਰਹੇ ਨੇ ਇਹਨਾਂ 'ਤੇ ਕਾਰਵਾਈ ਕਰਦੇ ਆ, ਬਾਕੀਆਂ ਨੂੰ ਵੀ ਬੁਲਾਉਂਦੇ ਆ, ਨੰਬਰ ਟਰੇਸ ਕਰਦੇ ਆ। ਅਤੇ ਰਿਪੋਰਟ ਕਰਾਤੀ ਤੁਸੀਂ? ਹਾਂਜੀ।